ਆਕਲੈਂਡ ਬਾਈ ਸ਼ੋਅ ਕਰਨ ਆਇਆ ਸੀਗਾ ਐਲੀ ਮੰਗਟਰ ਗਿਆ ਨਾ ਉਦੋਂ ਕਹਿੰਦਾ 350 ਬੰਦਾ ਆਇਆ ਸੀਗਾ ਤੁਹਾਡੀ ਕੋਈ ਗਰਲਫ੍ਰੈਂਡ ਆ ਤੁਸੀਂ ਪਹਿਲਾਂ ਕਿਸੇ ਉਹਲੇ ਚ ਨਾ ਰੱਖੋ ਤੁਸੀਂ ਉਹਨੂੰ ਪਹਿਲਾਂ ਦੱਸ ਦਿਓ ਕਿ ਮੈਂ ਜੇ ਰਿਲੇਸ਼ਨ ਬਣਾਉਣਾ ਤੁਹਾਡੇ ਨਾਲ ਮੈਂ ਸੈਕਸ਼ੂਅਲੀ ਵੀ ਹੋਣਾ ਆ ਇੱਥੇ ਪਤਾ ਲੱਗਦਾ ਕਿ ਪੰਜਾਬੀ ਮਿਊਜ਼ਿਕ ਦਾ ਲੈਵਲ ਡੇ ਬਾਈ ਡੇ ਗਰੋ ਹੋ ਰਿਹਾ ਅੱਜ ਕੱਲ੍ਹ ਦੇ ਮੁੰਡੇ ਪਾਲਦੇ ਆ ਹਨਾ ਬੇਸਿਕਲੀ ਜੇ ਮੈਂ ਨੋ ਕੈਪ ਵਾਲੀ ਗੱਲ ਕਰਾਂ ਵਰਜਨ ਜੋ ਵਟਸਐਪ ਜਨਤਾ ਕਿਵੇਂ ਹੋ ਕੀ ਹਾਲ ਚਾਲ ਰੀਸੈਂਟਲੀ ਕਰਨ ਵਾਲੇ ਬਾਈ ਦਾ ਇੱਕ ਵੇ ਅਹੈਡ ਵਰਲਡ ਟੂਰ ਹੋ ਕੇ ਹਟਿਆ ਜਿਹਦੇ ਵਿੱਚ ਕਰਨ ਵਾਲੇ ਬਾਈ ਨੇ ਕਾਫੀ ਸਟੇਜਸ ਪਰਫਾਰਮ ਕੀਤੀਆਂ ਐਂਡ ਕਾਫੀ ਅਲੱਗ ਅਲੱਗ ਜਗ੍ਹਾ ਤੇ ਸ਼ੋਅ ਹੋਏ ਸੀ ਆਕਲੈਂਡ ਪਰਥ ਸਿਡਨੀ ਮੈਲਬਰਨ ਹਨਾ ਕਾਫੀ ਸ਼ੋਜ਼ ਲਾਏ ਜਾਂਦੇ ਮੈਂ ਕਾਫੀ ਕਲਿਪਸ ਤੇ ਆਲਰੇਡੀ ਰਿਐਕਸ਼ਨ ਕਰ ਚੁੱਕਾ ਬਟ ਅੱਜ ਜਿਸ ਕਲਿਪ ਤੇ ਮੈਂ ਰਿਐਕਸ਼ਨ ਕਰਨ ਲੱਗਾ ਬੇਸਿਕਲੀ ਫੁੱਲ HD ਉਹ ਸ਼ੋਅ ਦੀ ਇੱਕ ਵੀਡੀਓ ਆ ਚੁੱਕੀ ਆ ਉਹਦੇ ਵਿੱਚੋਂ ਮੈਨੂੰ ਵੇਟ ਸੀ ਕਿ ਕੀ ਬਾਤ ਹੈ ਗਾਣਾ ਸੁਣਨਾ ਕਿਉਂਕਿ ਉਸ ਗਾਣੇ ਵਿੱਚ ਜੋ ਫੀਲ ਸੀ ਨਾ ਮੈਨੂੰ ਲੱਗਦਾ ਵੀ ਲਾਈਵ 'ਚ ਗਾਉਣਾ ਇਟਸ ਅ ਟਫ ਥਿੰਗ ਐਂਡ ਔਜਲਾ ਤੁਹਾਨੂੰ ਪਤਾ ਯਾਰ ਇਸ ਚੀਜ਼ ਤੇ ਵੀ ਪ੍ਰੈਕਟਿਸ ਕਰਦਾ ਵੀ ਅੱਜ ਕੱਲ੍ਹ ਦੇ ਸਿੰਗਰਾਂ 'ਚ ਮੈਨੂੰ ਔਜਲੇ ਦੀ ਆਵਾਜ਼ ਸਭ ਤੋਂ ਵਧੀਆ ਲੱਗਦੀ ਹੈ ਨੋ ਡਾਊਟ ਨੋ ਕੈਪ ਵਾਲੀ ਗੱਲ ਆ ਬਾਈ ਸਿੱਧੂ ਤੋਂ ਵੀ ਵਧੀਆ ਆਵਾਜ਼ ਆ ਔਜਲੇ ਦੀ ਜਦੋਂ ਔਜਲਾ ਗਾਉਣ ਤੇ ਆਉਂਦਾ ਤੇ ਬਾਕੀ ਆਪਾਂ ਕਰਦੇ ਹਾਂ ਕੀ ਬਾਤ ਹੈ ਇੰਜੋਏ ਲੈਟਸ ਬਿਗਨ ਸੁਣਦੇ ਹਾਂ ਦੇਖਦੇ ਹਾਂ ਕਿੱਦਾਂ ਰਿਹਾ ਲਾਈਵ 'ਚ ਓਕੇ ਫਰਕ ਚੈੱਕ ਕਰਿਓ ਤੇ ਤੁਸੀਂ ਵੀ ਸੁਣ ਕੇ ਦੱਸਿਓ ਕਿ ਕੋਈ ਫਰਕ ਹੈਗਾ ਗਾਣੇ 'ਚ ਜੋ ਵੋਕਲ ਸੀ ਜਾਂ ਲਾਈਵ ਗਾ ਰਿਹਾ ਜੋ ਮਾਈਕ ਦੇ ਉੱਤੇ ਇਹ ਫੀਲਿੰਗ ਆ ਯਾਰ ਫੀਲਿੰਗ ਜਿਹਨੇ ਹੰਢਾਈ ਆ ਉਹਨੂੰ ਪਤਾ ਇੱਕ ਕੁੜੀ ਦੀ ਫੀਲਿੰਗਸ ਨੂੰ ਐਕਸਪ੍ਰੈਸ ਕੀਤਾ ਗਿਆ ਸੀ ਕਰਕੇ ਕਰਨ ਵਾਲੇ ਨੂੰ ਕਾਫੀ ਲੋਕਾਂ ਨੇ ਜੱਜ ਕੀਤਾ ਸੀ ਕਿ ਕੁੜੀਆਂ ਬਾਰੇ ਚੰਗੇ ਮਾੜੇ ਗਾਣੇ ਗਾਉਂਦਾ ਰਹਿੰਦਾ ਜਾਂ ਮੁੰਡਿਆਂ ਬਾਰੇ ਗਾਣੇ ਗਾਉਂਦਾ ਰਹਿੰਦਾ ਕੁੜੀਆਂ ਨੂੰ ਭੰਡਦਾ ਰਹਿੰਦਾ ਫਿਰ ਕੁੜੀ ਵੱਲੋਂ ਇਹ ਗਾਣਾ ਆਇਆ ਸੀ ਕੁੜੀ ਕਹਿ ਰਹੀ ਹੈ ਮੁੰਡੇ ਨੂੰ ਵੀ ਜੱਟਾ ਕੀ ਬਾਤ ਹੈ ਧੋਖਾ ਦਿੱਤਾ ਹੈ ਨਾ ਤੂੰ ਕਿਹਦੇ ਨਾਲ ਰਾਤ ਬਤਾਈ ਹੈ ਮੈਨੂੰ ਦੱਸ ਦੇ ਸਾਫ਼ ਸਾਫ਼ ਉਹ ਗੱਲ ਦੱਸ ਇਸ ਗੱਲ 'ਚ ਆਜੋ ਬਾਈ ਦੀ ਤੌਰ ਚੈੱਕ ਕਰ ਲਓ ਯਾਰ ਲਾਈਵ ਯਾਰ ਇੰਸਟਰੂਮੈਂਟਾਂ ਤੇ ਲੂਪ ਤੇ ਗਾਉਣਾ 1.5-2 ਘੰਟਾ ਅੱਜ ਕੱਲ੍ਹ ਦੇ ਸਿੰਗਰਾਂ ਲਈ ਕਰਾਊਡ ਚੈੱਕ ਕਰੋ ਸਾਰੇ ਫਲੈਸ਼ਾਂ ਜਗਾ ਕੇ ਕਿਆ ਫੀਲ ਆਇਆ ਇਸ ਗਾਣੇ 'ਚ ਇਸੇ ਸ਼ੋਅ ਦੇ ਵਿੱਚ ਬਾਈ ਨੇ ਇੱਕ ਲਾਈਨ ਕਹੀ ਸੀ ਕਿ ਕਿਸੇ ਟਾਈਮ ਮੈਂ ਇੱਥੇ ਸ਼ੋਅ ਕਰਨ ਆਇਆ ਸੀ ਆਪਦੇ ਆਡੀਆਂ ਨਾਲ ਮਤਲਬ ਐਲੀਮੰਗ ਟਰਗਿਆਂ ਨਾਲ ਆਇਆ ਸੀ ਨਾ ਐਡੀਲੇਡ ਇਹ ਸ਼ੋਅ ਹੈਗਾ ਆਕਲੈਂਡ ਦਾ ਆਕਲੈਂਡ ਬਾਈ ਸ਼ੋਅ ਕਰਨ ਆਇਆ ਸੀਗਾ ਐਲੀਮੰਗ ਟਰਗਿਆਂ ਨਾਲ ਉਦੋਂ ਕਹਿੰਦਾ 350 ਬੰਦਾ ਆਇਆ ਸੀਗਾ ਅਤੇ ਅੱਜ ਇਕੱਠ ਦੇਖ ਕੇ ਨਾ ਪੂਰਾ ਖੁਸ਼ ਹੋ ਗਿਆ ਯਾਰ ਮੈਂ ਇਹ ਕਮਾਈ ਹੁੰਦੀ ਆ ਆਰਟਿਸਟ ਸਾਰੇ ਜ਼ਿੰਦਗੀ 'ਚ ਇਹੀ ਕਮਾਉਂਦਾ ਕਿ ਲੋਕ ਉਹਦਾ ਸ਼ੋਅ ਦੇਖਣ ਆਉਣ ਸੋ ਕਮਾਈ ਔਜਲਾ ਕਰੀ ਬੈਠਾ ਯਾਰੀਆਂ 'ਚ ਕਹਿੰਦਾ ਘਾਟੇ ਵਾਧੇ ਖਾਈ ਬੈਠੇ ਹਾਂ ਸੁਣ ਲਓ ਕੀ ਕਰਦੇ ਆ ਮੁੰਡੇ ਕੁੜੀਆਂ ਧਿਆਨ ਨਾਲ ਸਹੀ ਗੱਲ ਹੈ ਯਾਰ ਕਾਫੀ ਮੁੰਡੇ ਇੱਦਾਂ ਹੀ ਕਰਦੇ ਆ ਅੱਜ ਕੱਲ੍ਹ ਯਾਰ ਇਹ ਚੀਜ਼ ਆਮ ਹੋ ਚੁੱਕੀ ਹੈ ਨਾ ਮੁੰਡੇ ਕੁੜੀ ਪਰਸਨਲੀ ਮਿਲਦੇ ਆ ਫਿਰ ਕਿੱਦਾਂ ਕਈ ਹੁੰਦੇ ਆ ਸਾਡੇ ਅੱਗੇ ਸਿੱਧੇ ਹੀ ਹੈ ਨਾ ਤਰੀਕੇ ਨਾਲ ਅਸੀਂ ਤਾਂ ਪਹਿਲਾਂ ਹੀ ਕਹਿ ਦਿੰਦੇ ਹਾਂ ਕਿ ਬਈ ਅਸੀਂ ਕੋਈ ਯਾਰ ਤੁਹਾਡੀ ਕੋਈ ਗਰਲਫ੍ਰੈਂਡ ਆ ਨਾ ਤੁਸੀਂ ਪਹਿਲਾਂ ਕਿਸੇ ਉਹਲੇ 'ਚ ਨਾ ਰੱਖੋ ਤੁਸੀਂ ਉਹਨੂੰ ਪਹਿਲਾਂ ਦੱਸ ਦਿਓ ਕਿ ਮੈਂ ਜੇ ਰਿਲੇਸ਼ਨ ਬਣਾਉਣਾ ਤੁਹਾਡੇ ਨਾਲ ਮੈਂ ਸੈਕਸ਼ੂਅਲੀ ਵੀ ਹੋਣਾ ਆ ਜੋ ਵੀ ਚੀਜ਼ਾਂ ਬਟ ਕਈ ਮੁੰਡੇ ਨਾ ਕੁੜੀਆਂ ਨਾਲ ਚਲਾਕੀਆਂ ਕਰਦੇ ਆ ਵੀ ਉਹਨਾਂ ਨੂੰ ਮਿਲਦੇ ਆ ਨਾ ਫਿਰ ਉਹਨੂੰ ਹੌਲੀ ਹੌਲੀ ਪਰਸ ਲਾਉਂਦੇ ਆ ਉਹ ਚੀਜ਼ ਨੂੰ ਦੱਸੇਗਾ ਵੀ ਪਹਿਲਾਂ ਤੇਰੇ ਮੋਢੇ ਉੱਤੇ ਸੋਇਆ ਹੋਏਗਾ ਅਤੇ ਫਿਰ ਝੂਠਾ ਮੂਠਾ ਰੋਇਆ ਹੋਊਗਾ ਅਤੇ ਫਿਰ ਕੁੜੀਆਂ ਦਾ ਤੁਹਾਨੂੰ ਪਤਾ ਦਿਲ ਥੋੜ੍ਹਾ ਜਿਹਾ ਵੀਕ ਹੁੰਦਾ ਜਾਂ ਕੁੜੀਆਂ ਥੋੜ੍ਹੀਆਂ ਇਮੋਸ਼ਨਲ ਫੂਲ ਹੁੰਦੀਆਂ ਉੱਦਾਂ ਕੁੜੀਆਂ ਬਹੁਤ ਚੰਟ ਹੁੰਦੀਆਂ ਪਰ ਕਈ ਇਮੋਸ਼ਨਲ ਫੂਲ ਵੀ ਨਹੀਂ ਹੁੰਦੀਆਂ ਸੋ ਤਰੀਕਾ ਦੱਸਿਆ ਵੀ ਕਿੱਦਾਂ ਨਾ ਉਹਨੇ ਕੀ ਕੀਤਾ ਉਹ ਕੁੜੀ ਨੂੰ ਪਤਾ ਸੀ ਕਿਉਂਕਿ ਉਹਦੇ ਨਾਲ ਹੋ ਚੁੱਕਿਆ ਸੀ ਜਿਹਦੇ ਵੱਲੋਂ ਇਹ ਗਾਣਾ ਲਿਖਿਆ ਗਿਆ ਸੁਣੋ ਤੁਸੀਂ ਕਰਾਊਡ ਦੇਖ ਲਓ ਪੂਰੀ ਫੀਲ ਲੈ ਰਿਹਾ ਯਾਰ ਫਲੈਸ਼ ਜਗਾ ਕੇ
ਇਦਾਂ ਪਹਿਲਾਂ ਇਹ ਚੀਜ਼ਾਂ ਪਹਿਲਾਂ ਨਾ ਬਾਹਰ ਦੇ ਜਦੋਂ ਰੈਪਰ ਸ਼ੋਅ ਲਾਉਂਦੇ ਉਦੋਂ ਸੋਚਦੇ ਹੁੰਦੇ ਯਾਰ ਇੰਨਾ ਕੂਲ ਸਟੇਜ ਸ਼ੋਅ ਕਿੱਦਾਂ ਲਾਉਂਦੇ ਆ, ਇੱਦਾਂ ਕਰਾਊਡ ਹੈ ਨਾ, ਇੱਦਾਂ ਸਾਰੇ ਫਲੈਸ਼ਾਂ ਜਗਾ ਕੇ ਫਲੈਸ਼ ਰੇਜ਼ ਕਰ ਰਹੇ ਆ, ਇਹ ਚੀਜ਼ਾਂ ਜਦੋਂ ਆਪਣੇ ਪੰਜਾਬੀ ਸਿੰਗਰਾਂ ਲਈ ਵੀ ਐਡੇ ਵੱਡੇ ਵੱਡੇ ਚੀਅਰਸ ਹੁੰਦੇ ਆ, ਪੰਜਾਬੀ ਵੀ ਇੰਨਾ ਇਕੱਠ ਦਿਖਾਉਂਦੇ ਆ, ਪੰਜਾਬੀ ਦਿਖਾਉਂਦੇ ਆ ਕਿ ਯਾਰ ਹਾਂ ਪੰਜਾਬੀ ਮਿਊਜ਼ਿਕ ਦਾ ਲੈਵਲ, ਇੱਥੇ ਪਤਾ ਲੱਗਦਾ ਕਿ ਪੰਜਾਬੀ ਮਿਊਜ਼ਿਕ ਦਾ ਲੈਵਲ ਡੇ ਬਾਏ ਡੇ ਗਰੋ ਹੋ ਰਿਹਾ। ਆਹ ਬਾਈ ਦੇ ਬੇਲੀ ਬੈਠੇ ਸਾਰੇ, ਰੇਹਾਨ ਰੈਕਰਡ ਸੰਦੀਪ ਰੇਹਾਨ ਮੇਰਾ ਨਾਲ ਹੀ ਰਹਿੰਦਾ ਵੀ ਪਤੰਦਰ। ਕਿੰਨਾ ਚਿਰ ਚਲਾਉਂਗੇ, ਕਹਿੰਦਾ ਵੀ ਝੂਠ ਦੀ ਬੇੜੀ ਬਹੁਤਾ ਚਿਰ ਨਹੀਂ ਧਰਦੀ, ਅਤੇ ਕਹਿੰਦਾ ਤੂੰ ਕਿੰਨਾ ਚਿਰ ਬੇੜੀ ਨੂੰ ਚਲਾਏਗਾ, ਕਦੇ ਨਾ ਕਦੇ ਤਾਂ ਤੂੰ ਵੀ ਧੋਖਾ ਖਾਏਗਾ। ਕਹਿੰਦੇ ਨਾ ਵੀ ਸੀਤਾ ਵੀ ਉਹਨੂੰ ਮਿਲਦੀ ਆ ਜੋ ਰਾਮ ਹੁੰਦਾ, ਅੱਜ ਕੱਲ੍ਹ ਦੇ ਮੁੰਡੇ ਸਾਰੇ ਭਾਲਦੇ ਆ। ਮੈਂ ਕੱਲ੍ਹ ਇੱਕ ਚੀਜ਼ ਦੇਖ ਰਿਹਾ ਸੀ, ਉਹਦੇ ਵਿੱਚ ਗੱਲ ਹੋਈ ਸੀ ਕਿ ਅੱਜ ਕੱਲ੍ਹ ਦੇ ਮੁੰਡੇ ਭਾਲਦੇ ਆ, ਹੈ ਨਾ, ਬੇਸਿਕਲੀ ਜੇ ਮੈਂ ਨੋ ਕੈਪ ਵਾਲੀ ਗੱਲ ਕਰਾਂ, ਵਰਜਨ ਸਭ ਕੁਛ ਹੈ ਨਾ, ਵਰਜਨ ਭਾਲਦੇ ਆ ਖੁਦ। ਬੇਸ਼ੱਕ ਜੀ ਉਹਨਾਂ ਨੇ ਕੁਛ ਵੀ ਕੀਤਾ, ਉਹਨਾਂ ਨੂੰ ਇਹ ਹੁੰਦਾ ਯਾਰ ਜਿਹਦੇ ਨਾਲ ਮੈਂ ਵਿਆਹ ਕਰਾਵਾਂ ਜਾਂ ਮੇਰੀ ਗਰਲਫ੍ਰੈਂਡ ਵਰਜਨ ਹੋਵੇ, ਬਟ ਕਹਿੰਦੇ ਨਾ ਵੀ ਸੀਤਾ ਉਹਨੂੰ ਮਿਲਦੀ ਹੈ ਜਿਹੜਾ ਰਾਮ ਹੁੰਦਾ। ਪਹਿਲਾਂ ਖੁਦ ਆਪਦਾ ਕਰੈਕਟਰ ਸਾਫ਼ ਰੱਖੋ, ਅਤੇ ਨੋ ਡਾਊਟ ਤੁਹਾਨੂੰ ਵੀ ਤੁਹਾਡੇ ਵਰਗੀ ਕੁੜੀ ਮਿਲੂਗੀ। ਜਿਹੜਾ ਬੰਦਾ ਗਲਤ ਹੈ ਉਹਨੂੰ ਗਲਤ ਹੀ ਮਿਲਣੀ ਆ, ਜਿਹੜਾ ਸਹੀ ਆ ਉਹਨੂੰ ਸਹੀ ਮਿਲਣੀ ਆ, ਸਾਰੀ ਦੁਨੀਆ ਹੀ ਸਹੀ ਮਿਲੂਗੀ ਉਹਨੂੰ। ਸੋ ਜਿਹੜੀ ਇਹ ਝੂਠ ਵਾਲੀ ਬੇੜੀ ਆ ਬਹੁਤਾ ਚਿਰ ਨਹੀਂ ਚੱਲਦੀ, ਕਦੇ ਨਾ ਕਦੇ ਤਾਂ ਤੂੰ ਵੀ ਧੋਖਾ ਖਾਏਗਾ, ਅਤੇ ਬਾਹਲਾ ਵੀ ਨਾ ਮਾਣ ਕਰ ਸੋਹਣਿਆ, ਕਦੇ ਨਾ ਕਦੇ ਤੂੰ ਵੀ ਰਗੜਿਆ ਜਾਏਗਾ। ਯਾਰ ਵਾਈਬ ਸੀ ਯਾਰ, ਇੱਦਾਂ ਦੇ ਗਾਣੇ ਬਣਾਉਣ ਲਈ ਬਹੁਤ ਸਟਰੋਂਗ ਸੈਂਸ ਆਫ ਹਿਊਮਰ ਚਾਹੀਦਾ, ਬਹੁਤ ਤੇਜ਼, ਬਹੁਤ ਹੀ ਸਟਰੋਂਗ ਕਲਮ ਚਾਹੀਦੀ ਆ, ਲਿਰਿਕਸ ਚਾਹੀਦੇ ਆ, ਉਹ ਸਾਰੀਆਂ ਚੀਜ਼ਾਂ ਇਸ ਗਾਣੇ ਵਿੱਚ ਆਪਾਂ ਨੂੰ ਮਿਲਦੀਆਂ। ਜਮਾਂ ਗੱਲਾਂ ਦੇਖ ਲਓ, ਜਮਾਂ ਨੋਰਮਲ ਗੱਲਾਂ ਵੀ, ਤੂੰ ਧੋਖਾ ਖਾਏਗਾ, ਜੇ ਤੂੰ ਮੇਰੇ ਨਾਲ ਕਰੇਗਾ ਤੂੰ ਵੀ ਭੋਗੇਗਾ, ਜੋ ਕਿਸੇ ਨੂੰ ਮਾੜਾ ਕਹਿੰਦਾ ਜੋ ਆਪਾਂ ਰੱਬ ਵੱਲ ਥੁੱਕਦੇ ਹਾਂ ਆਪਣੇ ਮੂੰਹ 'ਤੇ ਥੁੱਕਾ ਕੇ ਡਿੱਗਦਾ, ਉਹੀ ਗੱਲ ਹੁੰਦੀ ਹੈ। ਜੇ ਆਪਾਂ ਕਿਸੇ ਨੂੰ ਮਾੜਾ ਬੋਲਦੇ ਹਾਂ, ਕਿਤੇ ਨਾ ਕਿਤੇ ਆਪਣੇ ਨਾਲ ਵੀ ਮਾੜਾ ਹੋ ਜਾਂਦਾ, ਉੱਦਾਂ ਹੀ ਚੀਜ਼ਾਂ ਨੂੰ ਰੀਪ੍ਰਜੈਂਟ ਕੀਤਾ ਗਿਆ ਲਿਰਿਕਸ ਦੇ ਵਿੱਚ। ਫੋਰ ਦਾ ਬੇਵਫਾ ਬੋਇਸ, ਚਿਹਰੇ ਤੇ ਨੂਰ ਦੇਖ ਲਓ ਚੋਬਰ ਦੇ, ਕਿਆ ਬਾਤ ਹੈ, ਵਾਹ ਠੀਕ ਆ। ਕਹਿੰਦਾ ਸੈਡ ਸੌਂਗ ਇੱਕੋ ਹੀ ਆ, ਮਾਹੌਲ ਆਪਾਂ ਚੱਕਵਾਂ ਹੀ ਰੱਖਣਾ, ਭੰਗੜਾ ਹੀ ਪਾਉਣਾ ਦੂ ਬਾਅਦ 'ਚ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਭੰਗੜੇ ਵਾਲੇ, ਚਲੋ ਇਹ ਤਾਂ ਸੈਡ ਸੌਂਗ 'ਤੇ ਮੈਂ ਰਿਐਕਟ ਕਰਤਾ, ਜੇ ਤੁਸੀਂ ਚਾਹੁੰਦੇ ਮੈਂ ਭੰਗੜਾ ਵੀ ਜਿਹੜਾ ਅੱਗੇ ਨੇ ਪਾਇਆ ਗਾ ਸ਼ੋਅ 'ਚ ਉਹਦੇ 'ਤੇ ਵੀ ਰਿਐਕਸ਼ਨ ਵੀਡੀਓ ਲੈ ਕੇ ਆਵਾਂ, ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ। ਉਸੇ ਦੇ ਨਾਲ ਜੇ ਗੱਲ ਕੀਤੀ ਜਾਵੇ ਯਾਰ, ਪਹਿਲਾਂ ਤਾਂ ਸਟੇਜ ਪਰਫੋਰਮੈਂਸ ਚੈੱਕ ਕਰੋ ਯਾਰ ਬੰਦੇ ਦੀ, ਬਿਲਕੁਲ ਵੀ ਓਨੈਸਟਲੀ ਜਿਵੇਂ ਦੱਸਾਂ ਮੈਨੂੰ ਲੱਗ ਨਹੀਂ ਰਿਹਾ। ਥੋੜ੍ਹਾ ਬਹੁਤਾ ਜਦੋਂ ਆਪਾਂ ਸਟੂਡੀਓ 'ਚ ਗਾਉਂਦੇ ਉੱਥੇ ਮਹਿੰਗੇ ਮਾਈਕ ਹੁੰਦੇ ਆ ਮਿਊਜ਼ਿਕ ਦੇ ਵਿੱਚ ਨਾ, ਜਦੋਂ ਪੂਰੀ ਚੀਜ਼ ਫਿੱਟ ਹੁੰਦੀ ਆ, ਥੋੜ੍ਹੇ ਬਹੁਤ ਆਟੋ ਟਿਊਨ ਵਗੈਰਾ ਨਹੀਂ, ਇਹਦੀ ਆਵਾਜ਼ ਜਿੱਦਾਂ ਉਸ ਗਾਣੇ ਦੇ ਵਿੱਚ, ਐਕਚੁਅਲੀ ਲਾਈਵ 'ਚ ਵੀ ਉੱਦਾਂ ਹੀ ਗਾ ਰਿਹਾ, ਕੁਛ ਉੱਦਾਂ ਹੈ ਨੀਗਾ ਉੱਤੇ ਥੱਲੇ ਹੋਇਆ ਹੁੰਦਾ, ਜਿਹਾਂ ਗਾਣੇ ਦੇ ਸਿੰਗਰ ਦੀ ਆਵਾਜ਼ ਆਪਾਂ ਸੁਣਦੇ ਹਾਂ ਯਾਰ ਵੀ ਗਾਣੇ 'ਚ ਤਾਂ ਬੜੀ ਘੈਂਟ ਸਾਊਂਡ ਕਰ ਰਹੀ ਸੀ, ਇੱਥੇ ਗੱਲ ਜੀ ਨਹੀਂ ਬਣੀ, ਉਹ ਗੱਲ ਨਹੀਂ, ਬਹੁਤ ਹੀ ਘੈਂਟ ਗਾਇਆ, ਬਹੁਤ ਹੀ ਘੈਂਟ ਲਿਰਿਕਸ ਯਾਰ। ਇਹੀ ਗਾਣੇ ਦੀ ਲੈਗਸੀ ਬਣਦੇ ਜਾ ਰਿਹਾ, ਇਹੀ ਗਾਣੇ ਨੂੰ ਅੱਗੇ ਲੈ ਕੇ ਜਾ ਰਿਹਾ, ਇਹੀ ਗਾਣੇ ਨੂੰ ਪੁਸ਼ ਕਰ ਰਿਹਾ ਕਿ ਬਹੁਤ ਹੀ ਕ੍ਰੀਏਟਿਵਲੀ ਵਰਕ ਕਰ ਰਿਹਾ ਯਾਰ ਇਹ, ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰਨ ਨੂੰ ਹੈ ਨਹੀਂ ਇਹਦੇ ਗਾਣੇ ਨੂੰ ਨਾ, ਵੀ ਮੈਂ ਕਹੂੰਗਾ ਵੀ 3 ਮਿੰਟਾਂ ਦੇ ਗਾਣੇ ਨੂੰ ਮੈਂ 30,000 ਸ਼ਬਦਾਂ 'ਚ ਵੀ ਐਕਸਪ੍ਰੈਸ ਨਹੀਂ ਕਰ ਸਕਦਾ, ਕਿਉਂਕਿ ਇੰਨੇ ਕੁ ਸਟਰੋਂਗ ਗਾਣੇ ਯਾਰ। ਆਈਡੀਆ ਦੇਖ ਲਓ ਗਾਣੇ ਦਾ, ਇੱਕ ਕੁੜੀ ਵੱਲੋਂ ਇੱਕ ਗਾਣਾ ਲਿਖਿਆ ਗਿਆ, ਬਹੁਤ ਹੀ ਘੈਂਟ ਲੱਗਿਆ ਮੈਨੂੰ ਤਾਂ। ਬਾਕੀ ਇਹ ਗਾਣਾ ਮੈਂ ਰਿਐਕਟ ਨਹੀਂ ਕੀਤਾ ਸੀ ਅੱਜ ਤੱਕ ਕਦੇ, ਫਿਰ ਮੈਂ ਸੋਚਿਆ ਕਿਉਂ ਨਾ ਲਾਈਵ ਸ਼ੋਅ 'ਚ ਕੀਤਾ ਹੈ। ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਨੂੰ ਰਿਕਮੈਂਡ ਕਰੋ ਹੋਰ ਰੋਇਲ 'ਤੇ ਕਿਹੜੀ ਵੀਡੀਓ ਦੇਖਣੀ ਚਾਹੁੰਦੇ ਹੋ। ਮਿਲਦੇ ਹਾਂ।